ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਅਰਸ 21 ਅਪ੍ਰੈਲ 1850 ਨੂੰ ਜਨਮੇ ਗਿਆਨੀ ਦਿੱਤ ਸਿੰਘ ਨੂੰ ਇਸ ਦੁਨੀਆਂ ਤੋਂ ਕੂਚ ਕੀਤੇ 114 ਵਰੇ ਹੋ ਗਏ ਹਨ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਪੰਜਾਬ ਅੰਦਰ ਰਾਜਨੀਤਿਕ ਸਮਾਜਿਕ ਧਾਰਮਿਕ ਸੱਭਿਆਚਾਰਕ ਅਤੇ ਆਰਥਿਕ ਪੱਧਰ ਤੇ ਤਬਦੀਲੀ ਵਾਪਰ ਰਹੀ ਸੀ ਅੰਗਰੇਜ਼ ਪੰਜਾਬ ਤੇ ਰਾਜਨੀਤਿਕ ਤੌਰ ਤੇ ਕਾਬਜ਼ ਸਨ ਉਸ ਸਮੇਂ ਅੰਗਰੇਜ਼ ਜਾਣਦੇ ਸਨ ਕਿ ਜੇ ਕਿਸੇ ਕੌਮ ਨੂੰ ਬਦਲਣਾ ਹੈ ਤੇ ਉਸ ਤੇ ਰਾਜ ਕਰਨਾ ਹੈ ਤਾਂ ਉਸ ਦੀਆਂ ਜੜ੍ਹਾਂ ਨੂੰ ਖੋਖਲਾ ਕਰਨਾ ਜ਼ਰੂਰੀ ਹੈ ਇਸ ਮਿਸ਼ਨ ਨਾਲ ਅੰਗਰੇਜ਼ਾਂ ਨੇ ਈਸਾਈ ਮਿਸ਼ਨਰੀ ਕੇਂਦਰਾਂ ਦੀ ਸਥਾਪਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਹਿੰਦੂਆਂ ਵੱਲੋਂ ਆਰਿਆ ਸਮਾਜ ਲਹਿਰ ਸ਼ੁਰੂ ਹੋਈ ਆਰਿਆ ਸਮਾਜੀਆਂ ਨੇ ਸਿੱਖਾਂ ਦਾ ਵਿਰੋਧ ਕੀਤਾ ਜਿਸ ਦੇ ਜਵਾਬ ਵਿੱਚ ਸਿੰਘ ਸਭਾ ਲਹਿਰ ਨੇ ਸਿੱਖਾਂ ਦੇ ਵਿੱਚ ਜਾਗ੍ਰਿਤੀ ਲਿਆਂਦੀ ਅਤੇ ਆਰਿਆ ਸਮਾਜੀ ਨੂੰ ਚੈਲੰਜ ਕੀਤਾ ਜਿਸ ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਨੇ ਵੱਡਮੁੱਲਾ ਯੋਗਦਾਨ ਪਾਇਆ ਵਿਊਅਰਸ ਅੱਜ ਅਸੀਂ ਗਿਆਨੀ ਦਿੱਤ ਸਿੰਘ ਜੀ ਸ਼ਖਸੀਅਤ ਅਤੇ ਉਹਨਾਂ ਦੀ ਸਿੱਖ ਕੌਮ ਨੂੰ ਦੇਣ ਅਤੇ ਹੋਰ ਮੁੱਦਿਆਂ ਦੇ ਉੱਪਰ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਕਲੌੜ ਪੈਂਦਾ ਜੀ ਉੱਥੇ ਉਹਨਾਂ ਦੇ ਯਾਦ ਦੇ ਵਿੱਚ ਜਿਹੜਾ ਉਹਨਾਂ ਦਾ ਜੱਦੀ ਘਰ ਹੈ ਉਹ ਗੁਰਦੁਆਰੇ ਦੇ ਰੂਪ ਦੇ ਵਿੱਚ ਜਿਹੜੀ ਉੱਥੋਂ ਦੀ ਸਿੱਖ ਸੰਗਤ ਹੈ ਮਤਲਬ ਇਹਨਾਂ ਦਾ ਜੋ ਦੂਰ ਦੁਰਾਡੇ ਨੇੜੇ ਪਰਿਵਾਰਕ ਤੌਰ ਤੇ ਵੀ ਜਿਹੜੇ ਇਹਨਾਂ ਦੇ ਵਡੇਰੇ ਆ ਉਹਨਾਂ ਨੇ ਉਹ ਦਿੱਤਾ ਹੋਇਆ ਪਰ ਦੇਖੋ ਉਹਨਾਂ ਦੀ ਇੰਨੀ ਦੇਣ ਹੋਣ ਦੇ ਬਾਵਜੂਦ ਕਿੰਨਾ ਉਹਨਾਂ ਨੇ ਸੁਧਾਰ ਜਿਹੜਾ ਅਸਲੀ ਸਿੱਖੀ ਸਿਧਾਂਤ ਦਾ ਪ੍ਰਚਾਰ ਹੈ ਉਹਨਾਂ ਨੇ ਕੀਤਾ ਹੈਗਾ ਪਰ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਇਹ ਹੈ ਕਿ ਜਿਹੜੇ ਅਦਾਰਿਆਂ ਨੇ ਧਰਮ ਪ੍ਰਚਾਰ ਦਾ ਕੰਮ ਚੁੱਕਿਆ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਿ ਸਾਡੀ ਸ਼੍ਰੋਮਣੀ ਸੰਸਥਾ ਹੈ ਔਰ ਇਹਦਾ ਕੰਮ ਸਿਰਫ ਸਿੱਖ ਸਿਧਾਂਤ ਦਾ ਪ੍ਰਚਾਰ ਕਰਨਾ ਹੀ ਹੈ ਜੋ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਉਹਨਾਂ ਨੇ ਕੀਤਾ ਉਹਨਾਂ ਨੇ ਉਹਦਾ ਹੀ ਜਿਹੜਾ ਰੂਪ ਹੈ ਜਿਹੜਾ ਉੱਥੇ ਹੈ ਅਫਸੋਸ ਦੀ ਗੱਲ ਇਹ ਹੈ ਕਿ ਬਿਲਕੁਲ ਨੀ ਇਹ ਇਸ ਗੱਲ ਤੋਂ ਚੇਤਨ ਦਾ ਇਹਨਾਂ ਨੇ ਉਸ ਗੁਰਦੁਆਰੇ ਨੂੰ ਕਦੇ ਮਤਲਬ ਉਸ ਯਾਦ ਨੂੰ ਕਦੇ ਕੋਈ ਮਿਊਜ਼ੀਅਮ ਦਾ ਰੂਪ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੀਆਂ ਕੀਤੀਆਂ ਹੋਈਆਂ ਕੌਮ ਦੇ ਪ੍ਰਤੀ ਸੇਵਾਵਾਂ ਸਿੱਖ ਸਿਧਾਂਤ ਦੇ ਪ੍ਰਤੀ ਸੇਵਾਵਾਂ ਦਾ ਕਦੀ ਸਨਮਾਨ ਯੋਗ ਜੋ ਵੀ ਉਹਨਾਂ ਨੂੰ ਦੇਣਾ ਚਾਹੀਦਾ ਹੈ ਮਤਲਬ ਉਹਨਾਂ ਦਾ ਸਥਾਨ ਹੈ ਕੌਮ ਦੇ ਵਿੱਚ ਸਾਡੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਨੂੰ ਕਦੇ ਨੀ ਮਿਲਿਆ ਹੈਗਾ ਇਹਦਾ ਕਾਰਨ ਬਹੁਤ ਵਾਰੀ ਇੱਥੇ ਰੌਲਾ ਪਾ ਚੁੱਕੇ ਆ ਸਾਰੇ ਬੰਦੇ ਵੱਖ ਵੱਖ ਰਾਜਨੀਤਿਕ ਸ਼ਖਸੀਅਤਾਂ ਵੀ ਰਾਜਨੀਤਿਕ ਪਾਰਟੀਆਂ ਵੀ ਰੌਲਾ ਪਾਉਂਦੀਆਂ ਨੇ ਪਰ ਇਹ ਉਹਨੂੰ ਉੱਦਾਂ ਹੀ ਵਸਾ ਦਿੰਦੇ ਆ ਇਹ ਗੱਲ ਕਹਿ ਕੇ ਕਿ ਇਹਦੇ ਰਾਜਨੀਤਿਕ ਵਿਰੋਧੀ ਨੇ ਚੰਗਾ ਹੋਵੇ ਮੈਂ ਬਾਹਰ ਦੀ ਸਿੱਖ ਸੰਗਤ ਨੂੰ ਉਹ ਹਮੇਸ਼ਾ ਹੀ ਜਿਹੜੇ ਵੀ ਆ ਗਿਆਨੀ ਦਿੱਤ ਸਿੰਘ ਉਹਨਾਂ ਦੇ ਜਾਂ ਹੋਰ ਜਿਹੜੇ ਵੀ ਬੰਦੇ ਸਿੱਖ ਕੌਮ ਦੇ ਵਿੱਚ ਅਣਗੌਲੇ ਗਏ ਆ ਉਹਨਾਂ ਦੀ ਯਾਦ ਦੇ ਵਿੱਚ ਜਾਂ ਉਹਨਾਂ ਦੇ ਜੋ ਕੌਮ ਨੂੰ ਦੇਣ ਆ ਉਸਦੇ ਸੰਬੰਧ ਵਿੱਚ ਫੰਕਸ਼ਨ ਕਰਾਉਂਦੇ ਰਹਿੰਦੇ ਆ ਮੈਂ ਮਤਲਬ ਇੱਕ ਬਾਹਰ ਦੀ ਸਿੱਖ ਸੰਗਤ ਨੂੰ ਇਹ ਬੇਨਤੀ ਕਰਦਾ ਉਹਨਾਂ ਦੇ 114ਵੇਂ ਦਿਨ ਤੇ ਵੀ ਕੋਈ ਨਾ ਕੋਈ ਸੰਗਤ ਨੂੰ ਇਕੱਠੇ ਹੋ ਕੇ ਕੋਈ ਉਹਨਾਂ ਦੇ ਟਰੱਸਟ ਬਣਾ ਲੈਣਾ ਚਾਹੀਦਾ ਉਹਨਾਂ ਦੀ ਯਾਦ ਦੇ ਵਿੱਚ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਨਹੀਂ ਨਿਭਾਉਂਦੀ ਤੇ ਬਾਹਰ ਦੀ ਸਿੱਖ ਸੰਗਤ ਇੰਨਾ ਕੁਛ ਕਰਦੀ ਹੈ ਸਿੱਖੀ ਦੇ ਲਈ ਉਹ ਕਾਫੀ ਚੇਤਨਤਾ ਪੈਦਾ ਕਰ ਰਹੀ ਹੈ ਉਹਨਾਂ ਨੂੰ ਚਾਹੀਦਾ ਵੀ ਕੋਈ ਇੱਕ ਟਰੱਸਟ ਬਣਾ ਕੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਸੇਵਾਵਾਂ ਦਾ ਸਨਮਾਨ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸ਼ਰਮ ਆਵੇ ਇਸ ਗੱਲ ਦੇ ਲਈ ਦੇਖੋ ਉਹਨਾਂ ਦੀ ਦੇਣ ਪ੍ਰਤੀ ਤਾਂ ਕੋਈ ਇਸ ਗੱਲ ਦੇ ਵਿੱਚ ਤੇ ਕੋਈ ਦੋ ਰਾਵਾਂ ਹੈ ਹੀ ਨਹੀਂ ਗੀਆਂ ਤੇ ਉਹਨਾਂ ਨੇ ਸਿੱਖ ਸਿਧਾਂਤ ਦਾ ਪ੍ਰਚਾਰ ਉਹਨਾਂ ਦਾ ਜੋ ਅਸਲੀ ਗੁਰੂ ਸਾਹਿਬ ਦਾ ਸਿਧਾਂਤ ਸੀਗਾ ਉਹਨਾਂ ਨੂੰ ਉਹਨਾਂ ਨੇ ਪ੍ਰਚਾਰਿਆ ਹੀ ਨਹੀਂ ਉਹਨਾਂ ਨੇ ਆਪਣੀ ਅਮਲੀ ਜੀਵਨ ਦੇ ਵਿੱਚ ਲਾਗੂ ਕਰਕੇ ਦਿਖਾਇਆ ਇਸ ਗੱਲ ਦੇ ਲਈ ਔਰ ਪ੍ਰਚਾਰ ਵੀ ਤਾਂ ਹੀ ਸਹੀ ਮਹਿਨਿਆਂ ਦੇ ਵਿੱਚ ਲੋਕਾਂ ਦੇ ਦਿਲੋਂ ਉਤਰਦਾ ਉਹਦੇ ਧੁਰ ਦਿਨ ਤੱਕ ਜਾਂਦਾ ਜੇ ਉਹ ਸ਼ਖਸੀਅਤ ਕਰੇ ਜਿਹੜੀ ਆਪ ਵੀ ਅਮਲੀ ਰੂਪ ਦੇ ਉੱਤੇ ਉਹਦਾ ਤੌਰ ਦੇ ਉੱਤੇ ਪਹਿਰਾ ਦਿੰਦੇ ਆ ਤੇ ਉਹਦਾ ਜਿਹੜਾ ਹਰੇਕ ਐਕਸ਼ਨ ਹੈ ਜਿਹੜਾ ਉਹਦਾ ਕਰਮ ਹੈ ਉਹ ਉਸਨੂੰ ਦਰਸਾਵੇ ਜੀ ਬਿਲਕੁਲ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਡੋਰਾਵਾਂ ਨਹੀਂ ਇੱਥੋਂ ਦੇ ਲੋਕ ਲੋਕਲ ਕਮੇਟੀ ਆਨੰਦਪੁਰ ਕਲੌੜ ਦੀ ਲੋਕਲ ਪੰਚਾਇਤ ਹੈ ਜਿਹੜੀ ਉਹ ਆਪਣੇ ਤੌਰ ਦੇ ਉੱਤੇ ਬਹੁਤ ਛੋਟੇ ਛੋਟੇ ਫੰਕਸ਼ਨ ਕਰਦੇ ਆ ਜਿੱਥੇ ਸਾਰੇ ਬੰਦੇ ਜਾਂਦੇ ਆ ਪਰ ਕੋਈ ਵੀ ਜਿਹੜਾ ਆਲਮੀ ਪੱਧਰ ਦੇ ਉੱਤੇ ਕੋਈ ਵੀ ਏਦਾਂ ਦਾ ਉਪਰਾਲਾ ਨਹੀਂ ਕੀਤਾ ਜਾ ਸਕਦਾ ਜਿਹੜਾ ਕਿ ਵੱਡੀਆਂ ਸੰਸਥਾਵਾਂ ਦਾ ਫਰਜ਼ ਬਣਦਾ ਨਹੀਂ ਕੀਤਾ ਜਾਂਦਾ ਜਿਹੜਾ ਕਿ ਤਾਂ ਕਿ ਉਹਨਾਂ ਦੀ ਦੇਣ ਨੂੰ ਲੋਕਾਂ ਦੇ ਵਿੱਚ ਪਹੁੰਚਾਇਆ ਜਾਵੇ ਔਰ ਉਹਨਾਂ ਵੱਲੋਂ ਸ਼ੁਰੂ ਕੀਤੀ ਹੋਈ ਲਹਿਰ ਨੂੰ ਅੱਗੇ ਕੋਈ ਹੋਰ ਇਹਦਾ ਰੂਪ ਦਿੱਤਾ ਜਾਵੇ ਅੱਜ ਵੀ ਹਾਲਾਤ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਵੇਲੇ ਸੀਗੇ ਉਸ ਸਮੇਂ ਦੇ ਵੇਲੇ ਸੀਗੇ ਅੱਜ ਵੀ ਹਾਲਾਤ ਸਿੱਖ ਕੌਮ ਦੇ ਉਦਾਂ ਦੀ ਹੋਏ ਹੋਏ ਆ ਅਮਲੀ ਤੌਰ ਦੇ ਉੱਤੇ ਸਿੱਖ ਕੌਮ ਹੈ ਜਿਹੜੀ ਉਹ ਸਿੱਖ ਸਿਧਾਂਤ ਦੇ ਨਾਲੋਂ
ਬਹੁਤ ਦੂਰ ਜਾ ਰਹੀ ਹੈ। ਅੱਜ ਵੀ ਗਿਆਨੀ ਦਿੱਤ ਸਿੰਘ ਵਰਗੇ ਸ਼ਖਸੀਅਤਾਂ ਦੀ ਲੋੜ ਹੈ ਜਿਹੜੀਆਂ ਕਿ ਇੱਕ ਇਹ ਕੰਮ ਨੂੰ ਦਾ ਬੀੜਾ ਚੱਕ ਕੇ ਅੱਗੇ ਹੋਣ। ਪਰ ਸ਼੍ਰੋਮਣੀ ਗੁਰਦੁਆਰਾ ਸੰਸਥਾ ਪਤਾ ਨੀ ਕਿਉਂ ਇਸ ਗੱਲ ਤੋਂ ਭੱਜ ਰਹੀ ਹੈ, ਜਾਂ ਮਤਲਬ ਉਹਨਾਂ ਦਾ ਕੋਈ ਆਪਣਾ ਫਾਜੀ ਨਹੀਂ ਸਮਝਦੇ ਨੀ ਹੈਗੇ ਉਹਨਾਂ ਦਾ ਫਾਜੀ। ਮੈਨੂੰ ਲੱਗਦਾ ਸਿੱਖ ਸਿਧਾਂਤ ਤੋਂ ਪਹਿਲਾਂ ਬਾਦਲ ਪ੍ਰਚਾਰ ਹੀ ਹੋ ਗਿਆ ਹੈਗਾ ਕਿ ਬਾਦਲ ਸਾਹਿਬ ਦੇ ਜੀਵਨ ਦਾ ਪ੍ਰਚਾਰ ਕਰਨਾ। ਹਾਂਜੀ ਬਿਲਕੁਲ। ਤੇ ਵੀਰ ਜੀ, ਜੈਸਾ ਸਵਾਮੀ ਦਯਾਨੰਦ ਨੇ ਆਰਿਆ ਸਮਾਜ ਦੇ ਪ੍ਰਚਾਰ ਲਈ ਗਿਆਨੀ ਦਿੱਤ ਸਿੰਘ ਜੀ ਨੂੰ ਪ੍ਰੇਰਿਆ ਸੀ, ਪਰ ਗਿਆਨੀ ਦਿੱਤ ਸਿੰਘ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਅੰਧ ਵਿਸ਼ਵਾਸ ਤੋਂ ਕੱਢਣ ਦੇ ਲਈ ਸਿੰਘ ਸੇਵਾ ਲਹਿਰ ਨਾਲ ਜੁੜੇ ਸੀਗੇ ਤੇ ਗੁਰਮਤ ਨਾਲ ਲੋਕਾਂ ਨੂੰ ਜੋੜਿਆ। ਉਸ ਵੇਲੇ ਤਾਂ ਆਰਿਆ ਸਮਾਜ ਦੇ ਖਿਲਾਫ਼ ਜਾਣਾ ਬਿਲਕੁਲ ਈਜ਼ੀ ਨਹੀਂ ਸੀ, ਪਰ ਹੁਣ ਤਾਂ ਸਾਡੇ ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਜਾਰੀ ਹੁੰਦੇ ਹੁਕਮਨਾਮੇ ਵੀ ਆ, ਉਹ ਵੀ ਬਾਹਰ ਤੋਂ ਲਿਖ ਕੇ ਆਉਂਦੇ ਨੇ, ਉਹਨਾਂ ਨੂੰ ਪ੍ਰਚਾਰ ਕੀਤਾ ਜਾਂਦਾ ਤਾਂ ਕਿ ਜਿਹੜੇ ਸਿੱਖ ਨੇ ਸਿੱਖੀ ਤੋਂ ਦੂਰ ਜਾਣ। ਈਵਨ ਸਾਡੀ ਨਵੀਂ ਜਨਰੇਸ਼ਨ ਆ, ਉਹ ਵੀ ਨਸ਼ਿਆਂ ਦੇ ਵਿੱਚ ਵੰਡੀ ਹੋਈ ਹੈ, ਨਸ਼ਿਆਂ ਵਿੱਚ ਜਾ ਰਹੀ ਹੈ ਤੇ ਸਿੱਖੀ ਤੋਂ ਦੂਰ ਜਾ ਰਹੀ ਹੈ। ਤੇ ਈਵਨ ਵਾਈਡ ਨਾਲ ਜਿਸ ਤਰ੍ਹਾਂ ਨਾਨਕ ਸ਼ਾਹੀ ਕਲੰਡਰ ਦੀ ਗੱਲ ਸੀਗੀ, ਸਾਡਾ ਆਪਣੇ ਕਲੰਡਰ ਨੂੰ ਵੀ ਵਿਕਰਮੀ ਕਲੰਡਰ ਦੇ ਵਿੱਚ ਬਦਲ ਦਿੱਤਾ ਗਿਆ। ਈਵਨ ਜਿਹੜੀ ਮੂਵੀ ਨਿਕਲੀ ਹੈ ਨਾਨਕ ਸ਼ਾਹ ਫਕੀਰ ਨਿਕਲੀ ਹੈ, ਜਿਹੜੀ ਲਾਂਚ ਕੀਤੀ ਗਈ ਸੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਉਸਨੂੰ ਪਰਮਿਸ਼ਨ ਦਿੱਤੀ ਸੀ ਤੇ ਹੁਣ ਈਵਨ ਤੋਂ ਵਿਦਡਰਾਅ ਕਰ ਲਿੱਤੀ ਹੈ, ਤਾਂ ਕਿ ਕਿਉਂਕਿ ਸਾਰੀਆਂ ਸਮੂਹ ਸੰਗਤਾਂ ਇਕੱਠੀਆਂ ਹੋ ਕੇ ਇਸ ਦੇ ਪਿੱਛੇ ਲੱਗੀਆਂ ਹੋਈਆਂ ਸੀ, ਰੋਸ ਵਿਖਾਵੇ ਕੀਤੇ ਸੀ। ਓਵਰਆਲ ਸਾਡੇ ਜਥੇਦਾਰਾਂ ਨੇ ਇਹਨਾਂ ਲੋਕਾਂ ਦੇ ਅੱਗੇ ਗੋਡੇ ਕਿਉਂ ਟੇਕੇ ਹੋਏ ਨੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹੀ ਗੱਲ ਕਹਿੰਦਾ ਵੀ ਜਿਹੜੀਆਂ ਇਹ ਤਖ਼ਤਾਂ ਦੇ ਉੱਤੇ ਬੈਠੇ ਹੋਏ ਜਥੇਦਾਰ ਸਾਹਿਬਾਨ ਨੇ, ਜਿਹੜੇ ਜਥੇਦਾਰ ਦੇ ਅਹੁਦੇ ਦਾ ਇਸਤੇਮਾਲ ਕਰ ਰਹੇ ਨੇ, ਮਤਲਬ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਐਕਚੁਲੀ ਭੈਣ ਜੀ ਗੱਲ ਇਹ ਹੈ ਕਿ ਜਿਹੜੇ ਹਮੇਸ਼ਾ ਜਿਹੜੀ ਲੀਡਰਸ਼ਿਪ ਹੈ ਕੌਮ ਦੀ, ਉਹ ਕੌਮ ਨੂੰ ਰਸਤਾ ਦਿਖਾਉਂਦੀ ਹੈ, ਚਾਹੇ ਧਾਰਮਿਕ ਪੱਧਰ ਤੇ ਲੀਡਰਸ਼ਿਪ ਹੋਵੇ, ਚਾਹੇ ਰਾਜਨੀਤਿਕ ਪੱਧਰ ਦੀ ਲੀਡਰਸ਼ਿਪ ਹੋਵੇ। ਮੈਂ ਇਹੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਅੱਜ ਤੋਂ ਤੁਸੀਂ ਜੇ 30-35 ਸਾਲ ਪਹਿਲਾਂ ਦਾ ਗੇਟ ਜਦੋਂ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨੇ ਮੋਰਚਾ ਲਾਇਆ ਹੋਇਆ ਸੀਗਾ, ਉਹ ਕੌਮ ਦੀ ਅਗਵਾਈ ਕਰ ਰਹੇ ਸੀਗੇ, ਮਤਲਬ ਉਸ ਵੇਲੇ ਹਰੇਕ ਸਿੱਖ ਨੌਜਵਾਨ ਸਿੱਖ ਭੈਣ ਬੀਬੀ ਆਪਣੇ ਆਪ ਨੂੰ ਸਿੱਖ ਖਵਾ ਕੇ ਦਾਰਾ ਪ੍ਰਕਾਸ਼ ਕਰਕੇ ਗਾਤਰਾ ਪਾ ਕੇ ਮਤਲਬ ਇਹ ਮਾਣ ਮਹਿਸੂਸ ਕਰਦੇ ਸੀਗੇ। ਅੱਜ ਜਿਹੜੀ ਕੌਮ ਦੀ ਲੀਡਰਸ਼ਿਪ ਨੇ ਉਹ ਸਾਰਾ ਟ੍ਰੈਂਡ ਚੇਂਜ ਕਰਕੇ ਅੱਜ ਉਹਨਾਂ ਨੇ ਅੱਜ ਦਾ ਯੂਥ ਹੈ ਜਿਹੜਾ ਜਿਹੜਾ ਤੁਸੀਂ ਪਤਤ ਬੁਣੇ ਵੱਲ ਨਸ਼ਿਆਂ ਵੱਲ ਕਰ ਦਿੱਤਾ ਹੈ, ਮਤਲਬ ਉਹ ਇਹਨਾਂ ਨੇ ਬਿਲਕੁਲ ਉਹਦੇ ਵੱਲੋਂ ਚੇਂਜ ਕਰਕੇ ਅੱਜ ਮਤਲਬ ਨੌਜਵਾਨ ਹੈ ਜਿਹੜੇ ਦਾੜੀ ਕੱਟ ਕੇ ਸਿਰਫ ਦੇ ਵਾਲਾਂ ਨੂੰ ਕੱਟ ਕੇ ਆਪਣੇ ਆਪ ਨੂੰ ਮਤਲਬ ਇਹ ਸਮਝਦੇ ਵੀ ਅਸੀਂ ਆਪਣੇ ਸੁੰਦਰ ਬਣਾ ਲਿਆ, ਜਾਂ ਉਹ ਇਸ ਗੱਲ ਦੇ ਉੱਤੇ ਪ੍ਰਾਊਡ ਫੀਲ ਕਰਦੇ ਆ। ਇਹ ਸਾਰਾ ਕੌਮ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਚਾਹੇ ਉਹ ਧਾਰਮਿਕ ਤੌਰ ਤੇ ਹੋਵੇ ਚਾਹੇ ਰਾਜਨੀਤਿਕ ਤੌਰ ਦੇ ਉੱਤੇ ਹੋਵੇ, ਇਹ ਸਾਰਾ ਕਸੂਰ ਹੈ ਜਿਹੜਾ ਇਸ ਲੀਡਰਸ਼ਿਪ ਦਾ ਹੈਗਾ। ਔਰ ਜਿਹਨਾਂ ਨੇ ਬਿਲਕੁਲ ਮਤਲਬ ਇਹ ਗੱਲ ਸਮਝ ਨਹੀਂ ਹੋਈ ਹੈ ਕਿ ਅਗਰ ਸਿੱਖਾਂ ਨੂੰ ਸਿੱਖੀ ਸਿਧਾਂਤ ਦੇ ਨਾਲ ਜੋੜਦੇ ਹਾਂ, ਸਿੱਖ ਪਰੰਪਰਾਵਾਂ ਦੇ ਨਾਲ ਜੋੜਦੇ ਹਾਂ, ਸਿੱਖ ਸੱਭਿਆਚਾਰ ਦੇ ਨਾਲ ਜੋੜਦੇ ਹਾਂ, ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪਣਾ ਭਵਿੱਖ ਹੈ ਜਿਹੜਾ ਉਹ ਬਹੁਤ ਧੁੰਦਲਾ ਦਿਖਦਾ ਆ। ਚਾਹੁੰਦੇ ਹੀ ਹੈਗੇ ਕਿ ਸਿੱਖ ਆ ਜਿਹੜੇ ਨੌਜਵਾਨ ਹੈ ਉਹ ਇਹਨਾਂ ਕਾਰਨਾਂ ਕਰਕੇ ਆ ਰਿਹਾ। ਤੁਸੀਂ ਨਾਨਕ ਸ਼ਾਹ ਫਕੀਰ ਦੀ ਗੱਲ ਕੀਤੀ ਆ, ਹੁਣ ਇਸ ਗੱਲ ਦਾ ਸਾਨੂੰ ਪਤਾ ਚੱਲਿਆ ਕਿ ਉਸ ਡਾਇਰੈਕਟਰ ਨੇ ਸਿੱਕੇ ਨੇ ਇਹਨਾਂ ਨੂੰ ਦਿੱਲੀ ਦੇ ਵਿੱਚ ਆਪਣੇ ਘਰ ਦੇ ਵਿੱਚ ਮੂਵੀ ਦਿਵਾਈ ਹੈ, ਜਿੱਥੇ ਸੁਖਬੀਰ ਬਾਦਲ ਉਹਨਾਂ ਦੀ ਵਾਈਫ ਹਰਸਿਮਰਤ ਕੌਰ ਇਹ ਜਥੇਦਾਰ ਅਕਾਲ ਤਖ਼ਤ ਬੈਠੇ ਹੋਏ ਸੀਗੇ। ਅੱਛਾ, ਜਿਹੜੇ ਤੁਸੀਂ ਹੁਣ ਆਪਣੇ ਆਪ ਦੇ ਹਿਸਾਬ ਨਾਲ ਵੀ ਇਹ ਯੋਗ ਹੈਗੇ ਆ, ਜਿਹੜੇ ਬੰਦੇ ਮੂਵੀ ਦੇਖ ਕੇ ਉਹਨੂੰ ਉੱਥੇ ਸਰਟੀਫਿਕੇਟਦੇ ਆ, ਅੱਜ ਉਹ 15-20 ਦਿਨਾਂ ਦੀ ਇਸ ਕੰਪੇਨ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਦੇ ਰੋਸ ਕਰਨ ਤੋਂ ਬਾਅਦ ਉਹਨਾਂ ਦਾ ਆਪਣਾ ਸਿਧਾਂਤ ਰੱਖਣ ਤੋਂ ਬਾਅਦ ਇਹ ਹੁਣ ਮੁੜ ਕੇ ਇੰਸਟਰਕਸ਼ਨਾਂ ਦੇ ਰਹੇ ਆ ਵੀ ਮੂਵੀ ਬੈਨ ਕਰ ਦਿੱਤੀ ਗਈ ਆ 2 ਮਹੀਨੇ ਲਈ। ਇਹ ਜਿਹੜਾ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਵੀ ਸਾਡੀ ਉਹ ਨਾਲ ਗੱਲ ਹੋਈ ਹੈ ਉਹ ਸਿਧਾਂਤ ਦੇ ਮੁਤਾਬਕ ਨੀ, ਕਿ ਉਸ ਦਿਨ ਜਿੱਦਾਂ ਇਹ ਦੇਖਣ ਗਏ ਸੀ ਸਾਰੀਆਂ ਕਈ ਕੰਮ ਤੋਂ ਪਤਾ ਲੱਗਿਆ ਵੀ ਧਾਰਮਿਕ ਜਥੇਬੰਦੀਆਂ ਦੇ ਮੁਖੀ ਵੀ ਨਹੀਂ ਸੀਗੇ ਉਸ ਸਮੇਂ ਦੇ ਉੱਤੇ, ਉਦੋਂ ਇਹਨਾਂ ਨੂੰ ਕੋਈ ਪਤਾ ਨੀ ਲੱਗਿਆ ਗੱਲ ਬਿਲਕੁਲ। ਇਹ ਯੋਗ ਹੀ ਨੀ ਹੈਗੇ ਇਸ ਗੱਲ ਦੇ ਵਿੱਚ, ਇਹ ਦੇਖਣ ਦੇ ਯੋਗ ਲੋਕ ਜਿਹੜੇ ਆਮ ਹੈ ਉਹ ਤਾਂ ਦੇਖ ਕੇ ਦੱਸ ਸਕਦੇ ਆ ਕਿ ਇਹ ਸਿਧਾਂਤ ਤੋਂ ਉਲਟ ਗੱਲ ਹੋ ਰਹੀ ਹੈ, ਪਰ ਜੇ ਅਕਾਲ ਤਖ਼ਤ ਜਥੇਦਾਰ ਵੀ ਇਹ ਗੱਲ ਕਹੇ ਵੀ ਇੱਕ ਪਹਿਲਾਂ ਦੇਤਾ ਸਰਟੀਫਿਕੇਟ ਬਾਅਦ ਚ ਉਹਨੂੰ ਲੈ ਲਿਆ, ਇਹਦਾ ਮਤਲਬ ਇਸ ਨੂੰ ਨੀ ਪਤਾ ਕਿ ਸਿੱਖ ਸਿਧਾਂਤ ਦਾ, ਤੇ ਜਿਹੜੇ ਬੰਦੇ ਯੋਗ ਪਦਵੀਆਂ ਦੇ ਉੱਤੇ ਯੋਗ ਥਾਵਾਂ ਦੇ ਉੱਤੇ ਯੋਗ ਵਿਅਕਤੀ ਨਹੀਂ ਬੈਠੇ ਤੇ ਕੌਮ ਦਾ ਕੀ ਹਾਲ ਹੋ ਰਿਹਾ, ਇਹੀ ਹਾਲ ਹੋਏਗਾ ਜੋ ਅੱਜ ਹੋ ਰਿਹਾ ਜੀ। ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ, ਇੱਕ ਹੋਰ ਮੁੱਦੇ ਦੇ ਉੱਪਰ ਸਾਡੇ ਵਿਚਾਰ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਤੋਂ ਬਾਪੂ ਸੂਰਤ ਸਿੰਘ ਜੀ ਨੂੰ ਹਸਪਤਲਾਈਜ਼ ਕੀਤਾ ਜਾ ਰਿਹਾ ਸੀ, ਇੱਥੇ ਉਹਨਾਂ ਦਾ ਸੰਘਰਸ਼ ਕਾਫੀ ਚਿਰ ਤੋਂ ਜਾਰੀ ਸੀ। ਈਵਨ ਲਾਈਕ ਉਸ ਨੂੰ ਵਿੱਚ ਆਇਆ ਕਿ ਅੱਜ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹਸਪਿਟਲ ਦੇ ਵਿੱਚ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ, ਲਾਈਕ ਐਗਜੈਕਟਲੀ ਕੀ ਹੋਇਆ ਉੱਥੇ? ਦੇਖੋ, ਕੱਲ ਨੂੰ ਆਲਮੋਸਟ ਸੈਟਰਡੇ ਵਾਲੇ ਦਿਨ 100 ਦਿਨ ਹੋ ਜਾਣੇ ਆ ਉਹਨਾਂ ਨੂੰ ਭੁੱਖ ਹੜਤਾਲ ਦੇ ਉੱਤੇ ਬੈਠਿਆ ਹੋਇਆ ਨੂੰ, ਜਿਹਦੇ ਚ ਕੋਈ ਸ਼ੱਕ ਨਹੀਂ ਆ ਕਿ ਪਹਿਲੀਆਂ ਭੁੱਖ ਹੜਤਾਲਾਂ ਨੇ ਗੁਰਬਖਸ਼ ਸਿੰਘ ਦੀ ਹੋਵੇ ਜਾਂ ਹੋਵੇ
ਮਜੂਸ ਕੀਤਾ ਹੈਗਾ। ਦਰਬਾਰ ਸਿੰਘ ਬਾਰੇ ਤਾਂ ਸਾਨੂੰ ਪਤਾ ਚੱਲ ਚੁੱਕਿਆ ਸੀਗਾ ਵੀ ਦੂਜੀ ਵਾਰ ਇਹਦੇ ਨਹੀਂ, ਨਾ ਕੋਈ ਇਹਦਾ ਸਿੱਖ ਸਿਧਾਂਤ ਦਾ ਪ੍ਰਚਾਰ ਕਰਨ ਦਾ, ਨਾ ਕੋਈ ਬੰਦੀ ਛਡਾਉਣ ਦਾ, ਉਹਦਾ ਤਾਂ ਕੋਈ ਵੱਖਰਾ ਟੀਚਾ ਸੀ, ਇਸੇ ਕਰਕੇ ਕਦੀ ਅਸੀਂ ਦੂਜੀ ਵਾਰ ਜਦੋਂ ਖੜਾ ਹੋਇਆ ਸੀ ਉਹਦੇ ਨਾਲ ਨਹੀਂ ਖੜੇ, ਅਸੀਂ ਬਾਅਦ ਦੀਆਂ ਸੰਗਤਾਂ ਨੂੰ ਵੀ ਨਹੀਂ ਰੋਕਿਆ ਇਸ ਵਾਰ। ਦੇਖੋ ਹੁਣ ਉਹਨਾਂ ਨੂੰ 100 ਦਿਨ ਹੋ ਗਏ ਆ, ਕੱਲ ਪ੍ਰੈਜੀਡੈਂਟ ਨੂੰ ਮਿਲਣਾ ਸੀਗਾ, ਮੈਂ ਵੀ ਜਾਣਾ ਸੀਗਾ, ਗੁਰਦੀਪ ਸਿੰਘ ਉਹਨਾਂ ਦੇ ਨਾਲ, ਮੇਰਾ ਕੋਈ ਖਾਸ ਹੁਣ ਕੰਮ ਪੈਣ ਕਰਕੇ ਮੈਂ ਨਹੀਂ ਜਾ ਸਕਿਆ। ਚਲੋ ਇਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਕਰ ਦਿੱਤਾ ਦਿੱਲੀ ਚ। ਹਾਂਜੀ, ਅਸੀਂ ਇਹ ਗੱਲ ਸਾਰੀ ਸਿੱਖ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਬਾਹਰ ਬੈਠੇ ਯੂਥ ਨੇ ਪਹਿਲਾਂ ਕੰਪਲੇਨ ਹੈ ਜਿਹੜੀ ਚਲਾਈ ਸੀਗੀ, ਦੇਖੋ ਉਹ ਟੈਸਟੀਫਾਈ ਹੋ ਗਏ ਆ, 100 ਦਿਨ ਹੋ ਗਏ ਆ, ਉਹ ਆਪਣੀ ਜੋ ਉਹਨਾਂ ਨੇ ਇਰਾਦਾ ਕੀਤਾ ਸੀਗਾ ਉਹਨਾਂ ਨੇ ਇਹ ਗੱਲ ਕਹੀ ਸੀਗੀ ਤੇ ਮੇਰਾ ਸਭ ਤੋਂ ਵੱਡਾ ਜਿਹੜਾ ਮਿਸ਼ਨ ਹੈ ਇਹ ਭੁੱਖਾ ਰੱਖਣ ਦਾ, ਇਹ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਬਹੁਤ ਬੰਦਿਆਂ ਨੇ ਗੱਲ ਕਹੀ ਸੀ ਕਿ ਦੇਖੋ ਕਈ ਟੈਕਨੀਕਲ ਮੁੱਦੇ ਨੇ ਇਹਦੇ ਚ, ਉਹ ਜਿਹੜੇ ਆ ਉਹ ਰੁਕ ਰਹੇ ਨੇ ਔਰ ਗਵਰਨਮੈਂਟ ਨੂੰ ਬਹਾਨਾ ਮਿਲ ਰਿਹਾ ਉਸ ਟੈਕਨੀਕਲ ਮੁੱਦਿਆਂ ਦੇ ਉੱਤੇ ਨੌਜਵਾਨਾਂ ਨੂੰ ਰਿਹਾ ਨਾ ਕਰਨ ਦਾ। ਉਹ ਕਹਿੰਦੇ ਸੀਗੇ ਵੀ ਇਸ ਤੋਂ ਬਿਨਾਂ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਗੁਰਬਖਸ਼ ਸਿੰਘ ਹੋਣਾ ਨੇ ਭੋਕਰਤਾ ਰੱਖ ਕੇ ਜਿਹੜੀ ਕੌਮ ਦੀ ਜਿਹੜੇ ਕੌਮ ਦਾ ਸਿਧਾਂਤ ਹੈ, ਅਰਦਾਸ ਦੀ ਮਹੱਤਤਾ ਹੈ, ਉਹਨੂੰ ਸੱਟ ਮਾਰੀ ਹੈ। ਇਹ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਮਹੱਤਤਾ ਨੂੰ ਲੋਕਾਂ ਤੱਕ ਪਹੁੰਚਾਉਣਾ। ਔਰ ਮੈਂ ਇਹ ਸਾਰਿਆਂ ਨੇ ਉਹਨਾਂ ਨੂੰ ਕਹਿਣ ਦੇ ਬਾਵਜੂਦ ਉਹਨਾਂ ਨੇ ਇਹ ਡਿਸੀਜਨ ਲੈ ਲਿਆ ਔਰ ਅੱਜ ਤੱਕ ਉਹ ਡਿਸੀਜਨ ਤੇ ਪੱਕੇ ਆ। ਸਾਰੀ ਇਹ ਇੱਕ ਬਹੁਤ ਗੰਭੀਰ ਮਸਲਾ ਹੈ। ਮੈਂ ਇੱਥੋਂ ਦੇ ਵੀ ਬਹਾਦਰ ਸਿੱਖਾਂ ਜਥੇਬੰਦੀਆਂ ਨੂੰ ਵੀ ਇਹ ਬੇਨਤੀ ਕਰਦਾ ਉਹਨਾਂ ਨੂੰ ਵੀ ਬੈਠ ਕੇ ਇਸ ਗੱਲ ਬਾਰੇ ਸੋਚ ਕੇ ਕੋਈ ਆਪਣੀ ਰਾਏ ਆ ਜਿਹੜੀ ਉਹ ਦੇ ਦੇਣੀ ਚਾਹੀਦੀ ਆ। ਗਵਰਨਮੈਂਟ ਫਿਰ ਲੀਗਲੀ ਤੌਰ ਦੇ ਉੱਤੇ ਇਹੀ ਸਟੈਂਡ ਲਈ ਬੈਠੀ ਹੈ ਕਿ ਜਦੋਂ ਤੱਕ ਸੁਪਰੀਮ ਕੋਰਟ ਹੈ ਜਿਹੜੀ ਉਹ ਤਾਮਿਲਨਾਡੂ ਵਾਲੇ ਕੇਸ ਦਾ ਫੈਸਲਾ ਨਹੀਂ ਕਰਦੀ ਜਿਹਦੇ ਉੱਤੇ ਸਟੇਅ ਦਿੱਤੀ ਹੋਈ ਆ ਔਰ ਸਟੇਟਾਂ ਦੇ ਅਧਿਕਾਰ ਖੋਏ ਹੋਏ ਆ, ਮਤਲਬ ਹਾਲਾਂਕਿ ਚਾਹੇ ਸਟੇਟਾਂ ਦੇ ਅਧਿਕਾਰ ਜੇ ਨਾ ਵੀ ਹੁੰਦਾ ਫੈਸਲਾ, ਇਹ ਬਾਦਲ ਹੁਣੀ ਫਿਰ ਵੀ ਛੱਡਣ ਨੂੰ ਤਿਆਰ ਨਹੀਂ ਹੈਗੇ। ਨਾ ਇਹਨਾਂ ਨੂੰ ਕੌਮ ਦੇ ਨਾਲ ਕੋਈ ਮਤਲਬ ਹੈ, ਨਾ ਕੌਮ ਦੇ ਨੌਜਵਾਨਾਂ ਨਾਲ ਮਤਲਬ ਹੈ। ਮੈਂ ਇਸ ਸੰਬੰਧ ਵਿੱਚ 2 ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮੈਂ ਆਪ ਮਿਲ ਚੁੱਕਿਆ, ਪਰ ਜੇ ਉਹਨਾਂ ਨੇ ਰਿਹਾ ਕਰਦੇ ਹੁੰਦੇ ਤਾਂ ਪਹਿਲੀ ਵਾਰ ਵੀ ਭੁੱਖ ਹੜਤਾਲ ਤੋਂ ਬਾਅਦ ਰਿਹਾ ਕਰ ਸਕਦੇ ਸੀ ਮੁੰਡਿਆਂ ਨੂੰ, ਪਰ ਉਹਨਾਂ ਨੇ ਦੂਜੀ ਵਾਰ ਬਾਪੂ ਸੂਰ ਸਿੰਘ ਉਹਨਾਂ ਨੂੰ ਬੈਠਣਾ ਪਿਆ, ਉਹਨਾਂ ਨੇ ਫੇਰ ਨੀ ਰਿਹਾ ਕੀਤਾ। ਇਹੀ ਹਾਲ ਇੱਥੋਂ ਦੇ ਸਿੱਖ ਇੱਥੋਂ ਦਾ ਹੈ, ਜਥੇਬੰਦੀਆਂ ਦਾ ਹੈ ਕਿ ਉਹ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੇ ਕਾਰਨ ਪਤਾ ਨੀ ਕਿਉਂ ਸਾਰੇ ਬੰਦੇ ਡਰਦੇ ਡਰਦੇ ਆ। ਮੈਨੂੰ ਲੱਗਦਾ ਕਿ ਹੁਣ ਬਾਪੂ ਸੂਰ ਸਿੰਘ ਉਹਨਾਂ ਦੀ ਜਿਹੜੀ ਖਾਲਸਾ ਉਹਨਾਂ ਦੀ ਸਾਰਿਆਂ ਨੂੰ ਇਹ ਕਿਰਾਏ ਕਰਕੇ ਇੱਕ ਕੋਈ ਲਾਮਬੰਦ ਸਪੋਰਟ ਕਰਨ ਦਾ ਜਿਹੜਾ ਆ ਤਰੀਕਾ ਅਪਣਾਉਣਾ ਚਾਹੀਦਾ ਹੈ ਜੀ। ਤੇ ਬਾਕੀ ਦੇਖਦੇ ਹਾਂ ਕਿਸ ਤਰੀਕੇ ਨਾਲ ਰਿਲੀਜ਼ ਹੋਣ ਤੋਂ ਬਾਅਦ ਉਹ ਕੀ ਅਗਲਾ ਸਟੈਪ ਹੈ, ਸਾਰੇ ਬੰਦੇ ਸਲਾਹ ਕਰਕੇ ਜੀ ਤੇ ਬਾਅਦ ਦੀਆਂ ਜਥੇਬੰਦੀਆਂ ਨੂੰ ਵੀ ਜ਼ਰੂਰ ਮਿਲ ਕੇ ਇਸ ਬਾਰੇ ਕੋਈ ਆਪਣੀ ਰਾਏ ਆ ਜਿਹੜੀ ਉਹ ਭੇਜਣੀ ਚਾਹੀਦੀ ਆ ਤੇ ਇਹਦਾ ਹੀ ਸਪੋਰਟ ਕਰਨੀ ਚਾਹੀਦੀ ਹੈ ਇਸ ਗੱਲ ਦੀ। ਜੀ ਬਿਲਕੁਲ ਅਮੀ ਵੀਰ ਜੀ, ਇੱਕ ਪਾਸੇ ਜਿਸ ਗੱਲ ਕੀਤੀ ਕਿ ਜਿੱਦਾਂ ਬਾਦਲ ਹੈ ਕਿਸੇ ਪੰਜਾਬ ਦਾ ਲੀਡਰ ਹੈ, ਕਿਸ ਤਰ੍ਹਾਂ ਇਹ ਇੱਥੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰ ਰਿਹਾ ਜਾਂ ਫਿਰ ਸਾਡੇ ਬੰਦੀ ਸਿੰਘ ਰਿਹਾਅ ਨਹੀਂ ਕਰ ਰਿਹਾ, ਪਰ ਦੂਸਰੇ ਪਾਸੇ ਕਿਸ ਤਰ੍ਹਾਂ ਕਸ਼ਮੀਰੀ ਲੀਡਰ ਨੇ ਉਹ ਆਪਣੀ ਆਜ਼ਾਦੀ ਦੇ ਲਈ ਉਹਨਾਂ ਨੇ ਐਂਟੀ ਇੰਡੀਆ ਰੈਲੀ ਵੀ ਕੱਢੀ ਹੈ, ਆਜ਼ਾਦੀ ਦੀ ਲਹਿਰ ਵੀ ਸ਼ੁਰੂ ਕਰ ਦਿੱਤੀ ਹੈ, ਉੱਥੇ ਉਹਨਾਂ ਨੇ ਪਾਕਿਸਤਾਨ ਝੰਡੇ ਵੀ ਲਹਿਰਾਏ ਨੇ। ਓਵਰਆਲ ਤੁਸੀਂ ਉਸ ਬਾਰੇ 1-2 ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ ਮੈਂ ਜਿਹੜੀ ਕਸ਼ਮੀਰ ਦੇ ਦੀ ਸਿਚੁਏਸ਼ਨ ਹੈ ਹਿੰਦੁਸਤਾਨ ਦੇ ਨਾਲੋਂ ਤੇ ਡਿਫਰੈਂਟ ਹੈ, ਥੋੜੀ ਡਿਫਰੈਂਟ ਇਸ ਕਰਕੇ ਕਿ ਕਸ਼ਮੀਰ ਦਾ ਬੱਚਾ ਬੱਚਾ ਕਸ਼ਮੀਰ ਵੈਲੀ ਦੇ ਵਿੱਚ ਰਹਿਣ ਵਾਲਾ ਹਰੇਕ ਮੁਸਲਮਾਨ ਵੀਰ ਆ ਜਿਹੜਾ ਉਹ ਇਸ ਗੱਲ ਨੂੰ ਦਿਲੋਂ ਅਕਸੈਪਟ ਕਰ ਚੁੱਕਿਆ ਕਿ ਅਸੀਂ ਇਹਦੇ ਤੋਂ ਵੱਖਰਾ ਹੋਣਾ। ਈਵਨ ਹਿੰਦੁਸਤਾਨ ਦੀ ਲੋਕ ਜਿਹੜਾ ਮੀਡੀਆ ਵੀ ਹਿੰਦੁਸਤਾਨ ਦੀ ਗਵਰਨਮੈਂਟ ਵੀ ਉਹਨਾਂ ਨੂੰ ਸੈਪਰੇਟਿਸਟ ਲੀਡਰ ਕਹਿੰਦੇ ਆ, ਬੱਚਿਆਂ ਨੂੰ ਇਸ ਗੱਲ ਦੇ ਉੱਤੇ ਉਹਨਾਂ ਨੇ ਮਨਾ ਲਿਆ ਹੋਇਆ, ਬੱਚੇ ਇਸ ਗੱਲ ਨੂੰ ਕਨਵਿੰਸ ਹੋ ਗਏ ਹੋਏ ਆ ਕਿ ਅਸੀਂ ਰੋਟੀ ਤੋਂ ਜਿਉਣ ਲਈ ਰੋਟੀ ਸਾਡੇ ਕੋਲ ਇੱਕ ਸਾਧਨ ਆ ਪਹਿਲਾਂ, ਔਰ ਜਦੋਂ ਤੱਕ ਸਾਨੂੰ ਆਜ਼ਾਦੀ ਦੀ ਆਪਣੇ ਆਪ ਇੰਡੀਪੈਂਡੈਂਟ ਤੌਰ ਦੇ ਉੱਤੇ ਰਹਿਣ ਦੀ ਆਜ਼ਾਦੀ ਨਹੀਂ ਮਿਲਦੀ ਉਦੋਂ ਤੱਕ ਸਾਡਾ ਬਾਕੀ ਹੋਰ ਗੱਲਾਂ ਕਰਨੀਆਂ ਜਿਹੜੀਆਂ ਨੇ ਉਹ ਅਸੀਂ ਉਹਨਾਂ ਨੂੰ ਮਹੱਤਵ ਨਹੀਂ ਦਿੰਦੇ ਹੈਗੇ। ਇਸ ਕਰਕੇ ਉੱਥੋਂ ਦੇ ਬੱਚੇ ਆ ਜੋ ਪਿੱਛੇ ਮਸਲ ਤਾਲਮ ਦੀ ਰਿਹਾਈ ਹੋਈ ਜਾਂ ਉਹਦੀ ਬੰਦੀ ਹੋਈ ਆ, ਮੁੜ ਕੇ ਰਿਹਾਈ ਹੋਣ ਤੋਂ ਬਾਅਦ ਦੁਬਾਰਾ ਗਏ ਆ, ਲੀਡਰਸ਼ਿਪ ਤੇ ਬਣਾ ਚੁੱਕੀ ਹੈ ਕਿ ਸਾਨੂੰ ਜਿਹੜੀ ਆਪਣੀ ਆਜ਼ਾਦੀ ਦਾ ਸੰਘਰਸ਼ ਆ ਜਿਹੜਾ ਚੱਲਦੇ ਰੱਖਣਾ ਚਾਹੀਦਾ। ਪਰ ਸਾਡੀ ਤੇ ਪੰਜਾਬ ਦੀ ਸਿੱਖਾਂ ਦੀ ਲੀਡਰਸ਼ਿਪ ਤਾਂ ਸਾਡੀ ਅੱਧੀ ਤੋਂ ਜ਼ਿਆਦਾ ਮਤਲਬ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਹੈ ਸਿੱਖ ਸੌ ਰਿਹਾ, ਲੀਡਰਸ਼ਿਪ ਹੈ ਜਿਹੜੀ ਉਹ ਹਿੰਦੁਸਤਾਨ ਦੀ, ਇਹ ਜਿਹੜੇ RSS ਵਾਲੇ ਆ ਜਾਂ ਹਿੰਦੂਵਾਦ ਹੈ ਇਹਨਾਂ ਦੀਆਂ ਗੋਡੀਆਂ 'ਚ ਬੈਠੀ ਹੈ ਮਤਲਬ, ਤੇ ਇਸ ਲੜਾਈ ਨੂੰ ਕਿਸ ਤਰੀਕੇ ਦੇ ਨਾਲ ਮਤਲਬ ਅੱਗੇ ਲੈ ਕੇ ਪਾਇਆ ਜਾਣਾ ਚਾਹੀਦਾ ਹੈ। ਸਾਡਾ ਤੇ ਉਹਨਾਂ ਦਾ ਸਲੋਕ ਦਾ ਫਰਕ ਹੈ। ਦੇਖੋ ਫਿਰ ਵੀ ਮੈਂ ਇਹ ਗੱਲ ਕਹਿੰਦਾ ਵੀ ਹੁਰੀਅਤ ਕਾਨਫਰੰਸ 'ਚ ਲੱਖ ਆਪਸ ਦੇ ਵਿੱਚ ਵਿਚਾਰਾਂ ਦਾ ਨਹੀਂ ਮੇਲ ਦੋ, ਫਿਰ ਵੀ ਇਕੱਠੇ ਹੋ ਗਏ ਆ, ਉਹਨਾਂ ਨੂੰ ਪਤਾ ਕਿ ਇਹ ਸਾਡੇ ਲਈ ਪ੍ਰੈਫਰੈਂਸ ਹੈ ਔਰ ਸਾਨੂੰ ਕਰਨੀ ਚਾਹੀਦੀ ਆ। ਸਿੱਖ ਫਿਰ ਵੀ ਇਕੱਠੇ ਨਹੀਂ ਹੁੰਦੇ ਹੈਗੇ, ਬਹੁਤ ਮੀਟਿੰਗਾਂ ਜਾ ਕੇ ਗੱਲ ਕਹੀਦਾ ਸਾਡੀਆਂ ਜਥੇਬੰਦੀਆਂ ਨੇ, ਤੇ ਸਾਰੇ ਇਕੱਠੇ ਹੋ ਕੇ ਕੋਈ ਇੱਕ
ਪਲੇਟਫਾਰਮ ਤਿਆਰ ਕਰ ਲਿਆ ਜਾਵੇ ਔਰ ਉਸ ਪਲੇਟਫਾਰਮ ਤੋਂ ਆਪਾਂ ਸਿੱਖ ਬੁਨਿਆਦੀ ਸਿਧਾਂਤਾਂ ਦਾ ਪ੍ਰਚਾਰ ਕਰੀਏ ਔਰ ਆਪਣੀ ਆਜ਼ਾਦੀ ਦੇ ਜਿਹੜੇ ਸੰਘਰਸ਼ ਹੈ ਉਹਨੂੰ ਅੱਗੇ ਲੈ ਕੇ ਜਾਣ ਦੀ ਸਾਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਔਰ ਸਾਨੂੰ ਲੈਣੀ ਚਾਹੀਦੀ ਹੈ ਉਹਨਾਂ ਤੋਂ ਵੀ ਉਹ ਕਿਸ ਤਰੀਕੇ ਨਾਲ ਇਹਨੂੰ ਪ੍ਰੈਫਰੈਂਸ ਦੇ ਰਹੇ ਆ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਕੌਮ ਦੇ ਲਈ ਜ਼ਰੂਰਤ ਸਮਝੀ ਹੈ ਕਿ ਆਜ਼ਾਦੀ ਸਾਡੇ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਸਮਝ ਨਹੀਂ ਸੀਗੀ ਜੀ ਬਿਲਕੁਲ ਬਿਲਕੁਲ ਵੀਰ ਜੀ ਵੀਰ ਜੀ ਥੈਂਕ ਯੂ ਸੋ ਮਚ ਕਿ ਵੀਰ ਜੀ ਆਮ ਸੋਰੀ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਥੈਂਕ ਯੂ ਸੋ ਮਚ ਕਿ ਤੁਸੀਂ ਗਿਆਨੀ ਦਿੱਤ ਸਿੰਘ ਜੀ ਦੀ ਸ਼ਖਸੀਅਤ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪੂਰਾ ਵੇਰਵਾ ਦਿੱਤਾ ਐਂਡ ਆਲਸੋ ਸਿੱਖੀ ਨੂੰ ਦੇਣ ਬਾਰੇ ਵੀ ਵੇਰਵਾ ਦਿੱਤਾ ਬਾਕੀ ਹੋਰ ਮੁੱਦੇ ਦੇ ਉੱਪਰ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਤੁਹਾਡੇ ਕੋਲ ਅਸੀਂ ਵੀਰ ਜੀ ਆਜ਼ਾਦ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਕੀਪ ਵਾਚਿੰਗ ਨਿਊਜ਼ ਟੀਵੀ 84 ਵਿਲ ਬੀ ਰਾਈਟ ਬੈਕ ਆਫਟਰ ਸ਼ੋਰਟ ਬ੍ਰੇਕ